ਇੱਕ ਰੁੱਖ ਦੇ ਤਣੇ ਤੇ ਵੁੱਡਪੈਕਰ ਦਾ ਆਨੰਦ ਮਾਣੋ। ਤੁਹਾਨੂੰ ਇਸ ਲਈ ਇੱਕ ਰਿਫਿਲ ਕਾਰਡਸ਼ੀਟ ਅਤੇ ਸਾਈਕਲ ਦੇ ਸਪੋਕ ਦੀ ਲੋੜ ਹੈ। ਪਹਿਲਾਂ ਤਾਰ ਨੂੰ ਰਿਫਿਲ ਤੇ ਲਪੇਟ ਕੇ ਸਪਰਿੰਗ ਬਣਾ ਲਵੋ। ਇਸ ਨੂੰ ਰਿਫਿਲ ਤੋਂ ਹਟਾ ਕੇ ਇਸ ਦਾ ਇੱਕ ਕਿਨਾਰਾ ਕੱਟ ਦਵੋ। ਸਪਰਿੰਗ ਦਾ ਲੰਬਾ ਹਿੱਸਾ ਗੂੰਦ ਨਾਲ ਰੰਗ ਬਿਰੰਗਾ ਵੁੱਡਪੈਕਰ ਨਾਲ ਜੋੜ ਦਿਓ ਅਤੇ ਇਸ ਉੱਤੇ ਟੇਪ ਲਗਾ ਕੇ ਇਸ ਨੂੰ ਮਜ਼ਬੂਤ ਕਰ ਦਵੋ। ਹੁਣ ਸਪਰਿੰਗ ਨੂੰ ਸਾਈਕਲ ਦੀ ਤਾਰ ਵਿੱਚ ਰੱਖ ਦਵੋ। ਸਪਰਿੰਗ ਨੂੰ ਲੰਬਾਈ ਵਾਲੇ ਪਾਸੇ ਰੱਖਣ 'ਤੇ ਇਸ ਤਰ੍ਹਾਂ ਲੱਗੇਗਾ ਜਿਵੇਂ ਵੁੱਡਪੈਕਰ ਝਟਕੇ ਮਾਰਦਾ ਹੋਇਆ ਹੇਠਾਂ ਵੱਲ ਆ ਰਿਹਾ ਹੈ। ਇੱਕ ਰੁੱਖ ਬਣਾਓ ਅਤੇ ਵੁੱਡਪੈਕਰ ਨੂੰ ਲਗਾਤਾਰ ਥੱਲੇ ਵੱਲ ਆਉਂਦਾ ਵੇਖੋ।